ਜੁਨਾਈਟਡ ਨਿਊ ਦੇਖ ਰਿਹਾ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਪਿਛਲੇ ਦਿਨੀ ਪੰਜਾਬੀ ਕੁੜੀ ਦੇ ਵੱਲੋਂ ਜਦੋਂ ਗੁਰਦੁਆਰੇ ਦੇ ਵਿੱਚ ਜਾ ਕੇ ਪਰੌਂਠੀ ਦੇਣ ਤੋਂ ਉਸ ਨੂੰ ਨਾ ਕੀਤੀ ਗਈ ਗੁਰਦੁਆਰੇ ਦੇ ਸੇਵਾਦਾਰਾਂ ਦੇ ਵੱਲੋਂ ਅਤੇ ਕੁੜੀ ਦੇ ਵੱਲੋਂ ਰੋਂਦੇ ਹੋਏ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀ ਗਈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਅਤੇ ਕੈਨੇਡਾ ਦੇ ਵਿੱਚ ਬਵਾਦ ਹੋਇਆ ਤੇ ਹੁਣ ਇੱਕ ਹੋਰ ਵੀਡੀਓ ਤੁਹਾਨੂੰ ਦੱਸਦੀ ਹੈ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਵੀਡੀਓ ਇਹ ਕੱਲ ਦੀ ਹੀ ਦੱਸੀ ਜਾ ਰਹੀ ਹੈ ਤੇ ਇਹ ਉਸੇ ਗੁਰਦੁਆਰੇ ਦੇ ਸਾਹਮਣੇ ਪੰਜਾਬੀ ਭਾਈਚਾਰੇ ਦੇ ਵੱਲੋਂ ਇਕੱਠੇ ਓਕੇ ਇੱਕ ਲੰਗਰ ਲਗਾਇਆ ਗਿਆ ਹੈ ਇਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਲੰਗਰ ਤੇ ਗੁਰਦੁਆਰੇ ਦੇ ਵਿੱਚ ਚੱਲ ਹੀ ਰਿਹਾ ਹੈ ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਵੱਲੋਂ ਇਕੱਠੇ ਹੋ ਕੇ ਗਰੋਸਰੀ ਦਾ ਵੀ ਲੰਗਰ ਲਗਾ ਦਿੱਤਾ ਗਿਆ ਹੈ ਕਿ ਜਿਸ ਕਿਸੇ ਵੀ ਵਿਅਕਤੀ ਨੂੰ ਜਾਂ ਫਿਰ ਸਟੂਡੈਂਟ ਨੂੰ ਜਾਂ ਫਿਰ ਪੰਜਾਬੀ ਵੀਰ ਦੇ ਕੋਲ ਗਰੋਸਰੀ ਨਾ ਹੋਵੇ ਤੇ ਉਹ ਆਪਣੇ ਘਰ ਨੂੰ ਗਰੋਸਰੀ ਵੀ ਫ੍ਰੀ ਦੇ ਵਿੱਚ ਲਿਆ ਸਕਦਾ ਹੈ ਸੋ ਬੇਹਦੇ ਹੁਣ ਵੱਡੀ ਖੁਸ਼ਖਬਰੀ ਆ ਰਹੀ ਹੈ ਕੈਨੇਡਾ ਤੋਂ ਤੇ ਵੱਡੇ ਦਿਲ ਵਾਲੇ ਹਮੇਸ਼ਾ ਹੀ ਜਾਣਿਆ ਜਾਂਦਾ ਹੈ ਪੰਜਾਬੀਆਂ ਨੂੰ ਲੰਗਰ ਲਾਉਣ ਦੇ ਵਿੱਚ ਜਾਣਿਆ ਜਾਂਦਾ ਪੰਜਾਬੀਆਂ ਨੂੰ ਸੋ ਕਿਤੇ ਕਿਤੇ ਉਹ ਵਾਲੀ ਵੀਡੀਓ ਨੂੰ ਹੁਣ ਭੁੱਲ ਕੇ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਸੋ ਪੰਜਾਬੀਆਂ ਦੇ ਵੱਲੋਂ ਹੁਣ ਕੈਨੇਡਾ ਦੇ ਵਿੱਚ ਇਹ ਵੱਡਾ ਫਰਾਲਾ ਕੀਤਾ ਗਿਆ ਹੈ ਕਿ ਉਸੇ ਗੁਰਦੁਆਰੇ ਦੀ ਜਿਹੜੀ ਪਾਰਕਿੰਗ ਆ ਉਹਦੇ ਵਿੱਚ ਲੰਗਰ ਨਹੀਂ ਬਲਕਿ ਗਰੋਸਰੀ ਦਾ ਵੀ ਲੰਗਰ ਜਿਹੜਾ ਆ ਸੌਦੇ ਦਾ ਲੰਗਰ ਵੀ ਜਿਹੜਾ ਆ ਉੱਥੇ ਲਗਾ ਦਿੱਤਾ ਗਿਆ ਹੈ ਤੇ ਹਰ ਇੱਕ ਪੰਜਾਬੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕਿਵੇਂ ਪੰਜਾਬੀ ਸਟੂਡੈਂਟ ਜਾਂ ਫਿਰ ਲੋੜਵੰਦ ਪੰਜਾਬੀ ਜਿਸ ਨੂੰ ਗਰੋਸਰੀ ਚਾਹੀਦੀ ਹੈ ਕਿਵੇਂ ਉਹ ਝੋਲੇ ਭਰ-ਭਰ ਕੇ ਗਰੋਸਰੀ ਦੇ ਲੈ ਕੇ ਜਾ ਰਹੇ ਹਨ ਤੇ ਸੇਵਾਦਾਰਾਂ ਦੇ ਵੱਲੋਂ ਵੀ ਬਿਨਾਂ ਕਿਸੇ ਪੁੱਛਗਿੱਛ ਤੋਂ ਹੀ ਨੂੰ ਗ੍ਰੋਸਰੀ ਦਿੱਤੀ ਜਾ ਰਹੀ ਹੈ ਸੋ ਬੇਹ ਦੇ ਇਹ ਵੱਡੀ ਖੁਸ਼ਖਬਰੀ ਹੈ ਤੇ ਵੱਡੀ ਇਹ ਮਤਲਬ ਚੰਗੀ ਜਿਹੜੀ ਖਬਰ ਆ ਰਹੀ ਹੈ ਕੈਨੇਡਾ ਤੋਂ ਦਿਲ ਖੋਸ਼ ਕਰ ਦੇਣ ਵਾਲੀ ਖਬਰ ਆ ਰਹੀ ਹੈ ਕੈਨੇਡਾ